दोस्तों, आज 4 अक्टूबर है और आज है वर्ल्ड एनिमल डे। इस दिन नो वर्ल्ड एनिमल वेलफेयर डे दे तौर ते भी मनाया जांदा है और इस दिन नो मनाउण दा मुख मकसद है कि इंसाना ते जानवरां दे आपसी रिश्ते नू होर भी खूबसूरत बनाया जावे और इंसाना वालों जानवरां दी भलाई दे लई वध चढ़ के काम कीते जान। और तुहानू दस दईए कि पहली बारी वर्ल्ड एनिमल डे 1931 दे विच मनाया गया सी। ਸਾਨੂੰ ਸਭ ਨੂੰ ਪਤਾ ਹੈ ਕਿ ਸਾਡਾ ਜੋ ਲਾਈਫ ਸਾਈਕਲ ਹੈ ਉਸ ਦੇ ਲਈ ਅਸੀਂ ਜਾਨਵਰਾਂ ਦੇ ਉੱਪਰ ਨਿਰਭਰ ਕਰਦੇ ਹਾਂ ਔਰ ਜਾਨਵਰ ਜਿਹੜੇ ਨੇ ਉਹ ਸਾਡੇ ਉੱਪਰ ਯਾਨੀ ਇਨਸਾਨਾਂ ਦੇ ਉੱਪਰ ਨਿਰਭਰ ਕਰਦੇ ਹਨ ਤੇ ਜੇਕਰ ਇਹ ਬੈਲੈਂਸ ਖਰਾਬ ਹੁੰਦਾ ਹੈ ਤੇ ਕੁਦਰਤ ਦਾ ਜਿਹੜਾ ਸੰਤੋਲ ਹੈ ਬੈਲੈਂਸ ਉਹ ਖਰਾਬ ਹੋ ਜਾਂਦਾ ਹੈ। ਇਸੇ ਕਰਕੇ ਖਾਸ ਤੌਰ ਤੇ ਵਰਲਡ ਐਨੀਮਲ ਡੇ ਵਾਲੇ ਦਿਨ ਬਹੁਤ ਸਾਰੀਆਂ ਐਨਜੀਓਜ਼, ਆਰਗੇਨਾਈਜੇਸ਼ਨਸ ਔਰ ਕਮਿਊਨਿਟੀ ਗਰੁੱਪ ਜਿਹੜੇ ਨੇ ਉਹ ਵਾਈਲਡ ਲਾਈਫ, ਐਂਡੇਂਜਰਡ ਸਪੀਸੀਜ਼ ਔਰ ਪੈਟ ਐਨੀਮਲਸ ਦੀ ਦੇਖ ਰੇਖ ਦੇ ਲਈ, ਉਹਨਾਂ ਦੀ ਸਾਂਭ ਸੰਭਾਲ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ, ਜਾਗਰੂਕ ਕਰਦੇ ਹਨ। ਸੋ ਆਓ ਇਸ ਵਰਲਡ ਐਨੀਮਲ ਡੇ ਵਾਲੇ ਦਿਨ ਅਸੀਂ ਵੀ ਇਹ ਵਾਅਦਾ ਕਰੀਏ ਕਿ ਸਿਰਫ ਵਰਲਡ ਐਨੀਮਲ ਡੇ ਵਾਲੇ ਦਿਨ ਹੀ ਨਹੀਂ ਬਲਕਿ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਵੀ ਇਹਨਾਂ ਬੇਜ਼ੁਬਾਨਾਂ ਦਾ ਅਸੀਂ ਖਿਆਲ ਰੱਖਾਂਗੇ ਤੇ ਬਣਦੀ ਦੇਖਰੇਖ ਵੀ ਕਰਾਂਗੇ। ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਜ਼ਰੂਰ ਪਸੰਦ ਆਇਆ ਹੋਵੇਗਾ। ਫਿਲਹਾਲ ਦੇ ਲਈ ਮੈਨੂੰ ਜਸਪ੍ਰੀਤ ਨੂੰ ਦਿਓ ਇਜਾਜ਼ਤ, ਪਰ ਤੁਸੀਂ ਬਣੇ ਰਹੋ ਸੇਮ ਸੋਲਜਰ ਟਾਈਮਸ ਦੇ ਨਾਲ ਫੇਸਬੁੱਕ ਅਤੇ ਯੂਟਿਊਬ ਉੱਤੇ।